ਸਾਡਾ ਪਿੰਡ ਨਾ ਆਮ ਮਸ਼ਹੂਰ ਜਿਹੜਾ ਨਾ ਉਹ ਬਹਾਦਰ ਸਿੰਘ ਤੋਂ ਹੁੰਦਾ ਹੈ। ਬਹਾਦਰ ਸਿੰਘ ਤੋਂ ਗੋਕਲ ਪਿੰਡ ਆ ਮਸ਼ਹੂਰ ਉਹਦੇ ਤੋਂ ਸੀ। ਅੱਛਾ ਉਹ ਇਸ ਕਰਕੇ ਭੀਰ ਵਾਰਿਸ਼ਾ ਪੜਦਾ ਹੁੰਦਾ ਸੀ। ਬਹਾਦਰ ਸਿੰਘ ਅੱਛਾ ਹਾਂਜੀ ਠੀਕ ਹੈ। ਭੀਰ ਵਾਰਿਸ਼ਾ ਪੜਦਾ ਉਹਦੇ ਤੋਂ ਤਕਰੀਬਨ ਸਾਰੇ ਪਾਕਿਸਤਾਨ ਤੋਂ ਪਤਾ ਲੱਗ ਸਕਦਾ ਸੀ ਵੀ ਬਹਾਦਰ ਸਿੰਘ ਕੁੱਕਲ ਦਾ ਹੈ। ਯਾਨੀ ਕਿ ਚਾਰ ਚੁਫੇਰੇ ਦੇ ਪਿੰਡ ਨਹੀਂ ਲਾਮ ਦੇ ਪਿੰਡਾਂ ਦੇ ਵੀ ਲੋਕ ਜਾਣਦੇ ਆ ਸਾਰੇ ਜਾਣਦੇ ਆ ਜੀ ਜ਼ਿਲ੍ਹਿਆਂ ਜਾਣ ਜ਼ਿਲ੍ਹਿਆਂ ਸ਼ਨਾਖਤ ਸੀ ਉਹਦੀ। ਅੱਛਾ ਅੱਛਾ ਹਾਂਜੀ ਠੀਕ ਅਤੇ ਬੜਾ ਅਮੀਰ ਆਦਮੀ ਸੀ ਉਹ। ਅੱਛਾ ਜਦੋਂ ਵਿਸਾਖੀ ਲੱਗਦੀ ਸੀ ਅਸੀਂ ਨਿੱਕੇ ਨਿੱਕੇ ਹੁੰਦੇ ਹਾਂ ਅਸੀਂ ਵੀ ਜਾਂਦੇ ਹਾਂ ਸਾਨੂੰ ਵੀ ਉਹਨੇ ਅਠਿਆਨੀ ਦਵਾਨੀ ਚਵਾਨੀ ਦੇਣੀ। ਬਾਹਰ ਜਿਹੜਾ ਕਬਰਸਤਾਨ ਹੈ ਉਹਦੇ ਨਾਲ ਥੜਾ ਬਣਿਆ ਹੁੰਦਾ ਥੜੇ 'ਤੇ ਬਹਿ ਜਾਣਾ ਉਹਨੇ ਲਾਗੇ ਪੈਸੇ ਰੱਖ ਲੈਣੇ ਉਹਨੇ ਸਾਨੂੰ ਸਾਰਿਆਂ ਨੂੰ ਪੈਸੇ ਦੇਣੇ। ਅੱਛਾ ਤਾਂ ਜਾ ਕੇ ਤੁਸੀਂ ਜੀ ਵਿਸਾਖੀ ਵੇਖ ਕੇ ਆਓ ਅਤੇ ਬੜਾ ਅੱਛਾ ਕੰਮ ਸੀ ਉਹਦਾ ਜਿਹੜਾ ਸੀ ਨਾ ਉਹਦਾ ਜਿਹੜਾ ਬਹਾਦਰ ਸਿੰਘ ਦੀ ਜਿਹੜੀ ਮਤਲਬ ਮਕਾਨ ਬਣਿਆ ਸੀ ਉਹਦੀਆਂ 120 ਚੰਗਾਠਾਂ ਸਨ। ਉਹ ਬੱਲੇ ਬੱਲੇ ਅੱਛਾ ਐਡਾ ਵੱਡਾ ਘਰ ਸੀ ਐਡਾ ਵੱਡਾ ਘਰ ਸੀ ਉਹਦਾ। ਇਹ ਵੀ ਉਹਨੇ ਆਖਿਆ ਸੀ ਵੀ ਇੱਥੇ ਇੱਕ ਮਹਿਲ ਢੂੰਡਾ ਹੁੰਦਾ ਸੀ। ਅੱਛਾ ਉਹਦੀ ਇੱਕ ਲੜਕੀ ਸੀ ਉਹ ਮੇਰੀ ਬੜੀ ਸਹੇਲੀ ਸੀ। ਅੱਛਾ ਮੇਰੀ ਬੜੀ ਸਹੇਲੀ ਸੀ। ਅੱਛਾ ਮੈਂ ਕਿਹਾ ਵੀ ਉਹ ਜਿਹੜੀ ਜੀਵਨ ਸਿੰਘ ਦੀ ਉਹ ਜਿਹੜੀ ਉਹ ਉਹਨੇ ਦੱਸਿਆ ਨਾ ਬਾਬੇ ਢੂੰਡੇ ਦੀ ਬਾਬੇ ਢੂੰਡੇ ਦੀ ਕੁੜੀ ਮੈਂ ਕਿਹਾ ਵੀ ਉਹਦਾ ਨਾਂ ਸਕੀਨਾ ਸੀ। ਅੱਛਾ ਉਹ ਬਣੀਏ ਵਿਆਹੀ ਗਈ ਫਿਰ ਉਹਨੇ ਆਖਿਆ ਜਿਹੜਾ ਬਣੀਆਂ ਗੁਜਰਾਂ ਦੇ ਸ਼ਹਿਰ ਦੇ ਕੋਲ ਮੈਂ ਬਿਲਕੁਲ ਉੱਥੇ ਵਿਆਹੀ। ਅੱਛਾ ਉਹਨੇ ਫਿਰ ਆਖਿਆ ਵੀ ਉਹ ਹੁਣ ਹੈ ਮੈਂ ਨਹੀਂ ਉਹ ਫੋਤ ਹੋ ਗਈ ਪ੍ਰਧਾਨ ਪਿਆਰੀ ਹੋ ਗਈ। ਉੱਥੇ ਢਾਖਰ ਵਾਲਾ ਸੀ ਨਾਲ ਮਤਲਬ ਮਹਿਮੇ ਵਾਲਾ ਸੀ ਇੱਕ ਅੰਦਰਲਾ ਖੂਹ ਸੀ ਪਿੰਡ ਦੇ ਵਿੱਚ ਸੀ ਉਹਦੇ 'ਚ ਲੋਕ ਵੀ ਪਾਣੀ ਇਸਤੇਮਾਲ ਕਰਦੇ ਹਨ ਖੂਹ ਵਗਦਾ ਵੀ ਹੁੰਦਾ ਹੈ। ਮੁੜ ਕੇ ਅੱਗੋਂ ਮਹਿਮੇ ਵਾਲਾ ਉਹ ਵੀ ਇਹਨਾਂ ਦਾ ਖੂਹ ਸੀ ਸਿੱਖਾਂ ਦਾ। ਹਾਂਜੀ ਅੱਗੋਂ ਡੂੰਗਰ ਵਾਲਾ ਬਾਹਮਣਾ ਵਾਲਾ ਉਹ ਬਾਹਮਣਾ ਦਾ ਖੂਹ ਸੀ ਆ ਸਾਹਮਣੇ ਤੁਹਾਨੂੰ ਦੇਖਦਿਆਂ ਇੱਥੋਂ। ਅੱਛਾ ਜੀ ਹਾਂਜੀ ਠੀਕ ਹੈ ਅਤੇ ਅੱਗੇ ਅਗਲੇ ਪਾਸੇ ਆ ਗਿਆ ਜੀ ਦੁਆਟਾ ਖੂਹ ਉਹ ਜਿਹੜਾ ਸਿੰਘ ਜਿਹਦਾ ਮੈਂ ਆਖਦਾ ਵੀ ਜਿਹੜੀ ਜ਼ਮੀਨ ਦੇ ਉੱਤੇ ਅਸੀਂ ਸਾਡੇ ਜੀਵਨ ਸਿੰਘ ਹਾਂ ਜੀਵਨ ਸਿੰਘ ਦਾ ਅਤੇ ਬਾਕੀ ਰਹਿ ਗਿਆ ਮਸਲਾ ਇੱਥੋਂ ਦਾ ਜਿਹੜਾ ਜਿੱਦਣ ਉਹ ਗਏ ਨੇ ਇੱਥੋਂ ਹਾਂ ਇਨਸ਼ਾਅੱਲਾ ਤਾਲਾ ਉਦੋਂ ਇਹ ਵੇਖਿਆ ਤਾਂ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ। ਠੀਕ ਹੈ ਨਹੀਂ ਕਿਸੇ ਨੇ ਕੀਤਾ ਸਾਰਿਆਂ ਨੂੰ ਗਲੇ ਲੱਗ ਕੇ ਰੋ ਕੇ ਗਏ ਨੇ ਰੋਂਦੇ ਨਿਕਲੇ ਨੇ ਪਿੰਡ 'ਚੋਂ। ਠੀਕ ਹੈ ਅਤੇ ਇਹ ਵੀ ਬੰਦੇ ਜਿਹੜੇ ਨੇ ਇਹ ਵੀ ਵਿਚਾਰੇ ਨੂੰ ਸੁਣਾ ਪਰੇਸ਼ਾਨੀ 'ਚ ਰਹੇ ਨੇ ਵੀ ਇਹ ਕੀ ਬਣ ਗਿਆ ਸਾਡੇ ਦਾ। ਵੇਖੋ ਜੀ ਪ੍ਰੀਤ ਸੀ ਇਹਨਾਂ ਨਾਲ ਪ੍ਰੀਤ ਸੀ ਇੱਕ ਮੁਹੱਬਤ ਸੀ ਇਹਦੇ ਮੁਤਾਬਕ ਤੇ ਇਹ ਗੱਲ ਹੈ ਵੀ ਸਾਡੇ ਇੱਥੇ ਜਿਹੜਾ ਨਾ ਉਹਨਾਂ ਦੇ ਬੱਚਿਆਂ ਦਾ ਸਾਡੇ ਨਾਲ ਤਾਂ ਬੜਾ ਉਦੋਂ ਸੋਚ ਸੀ ਏਰੀਆ ਦਾ ਹੈ ਹੀ ਤਾਂ ਸਾਡਾ ਆਇਆ ਸੀ। ਪਿੰਡ ਦਿਖਾ ਰਹੇ ਹਾਂ ਜੀ ਤੁਹਾਨੂੰ ਗੋਕਲ ਤਹਿਸੀਲੋ ਜ਼ਿਲ੍ਹਾ ਸਿਆਲਕੋਟ ਤਹਿਸੀਲ ਡਸਕਾ ਡਸਕੇ ਦਾ ਪਿੰਡ ਜੀ ਅਤੇ ਮੈਂ ਇਸ ਵੇਲੇ ਤੁਹਾਨੂੰ ਜੋ ਇਸ ਪਿੰਡ ਦੀ ਪੁਰਾਣੀ ਨਿਸ਼ਾਨੀ ਹੈ ਯਾਨੀ ਜਾਮੇ ਪਾਕਿਸਤਾਨ ਤੋਂ ਪਹਿਲੇ ਸਿੱਖ ਸਰਦਾਰ ਲੋਕ ਔਰ ਖੱਤਰੀ ਲੋਕ ਉੱਥੇ ਵਾਲ ਸਨ ਬਜ਼ੁਰਗਾਂ ਦੇ ਇੰਟਰਵਿਊ ਕਰਨ ਤੋਂ ਬਾਅਦ ਇਸ ਦਰਗਾਹ ਸ਼ਰੀਫ ਦਾ ਜ਼ਿਕਰ ਹੋਇਆ। ਜੀ ਪੁਰਾਣਾ ਰੁੱਖ ਬੋਰਡ ਦਾ ਬਜ਼ੁਰਗਾਂ ਤੋਂ ਜਦ ਪੁੱਛਿਆ ਨਾ ਤਾਂ ਇਹ ਉਹਨਾਂ ਨੇ ਦੱਸਿਆ ਜੀ ਇਹ ਪੁਰਾਣਾ ਰੁੱਖ ਬੋਰਡ ਦਾ ਯਾਨੀ ਸਿੱਖਾਂ ਦੇ ਦੌਰ ਦਾ। ਠੀਕ ਹੈ ਨਾ ਜੀ ਅੱਛਾ ਭਾਈ ਜੀ ਇਹ ਨੇ ਹਜ਼ਰਤ ਬਾਬਾ ਕਾਦਰ ਬਖਸ਼ਾਹ ਸਰਕਾਰ ਰਹਿਮਤੁੱਲਾ ਅਲੈਹ ਇਹ ਦਰਗਾਹ ਸ਼ਰੀਫ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਜਿਸ ਤਰ੍ਹਾਂ ਬਜ਼ੁਰਗਾਂ ਨੇ ਗੱਲਬਾਤ ਕੀਤੀ ਕਿ 3 ਹਾੜ ਦਿਨ ਮੇਲਾ ਹੁੰਦਾ ਅਗਰ 17 ਜੂਨ ਇਹ ਕਹਿ ਲਓ ਕਿ ਪੁਰਾਣੀ ਦਰਗਾਹ ਵੇ ਜਿਹਦੀ ਪੀਲ ਆਈ ਕਿ ਅੰਦਰੋਂ ਤੁਸੀਂ ਜਿਹੜਾ ਕੈਮਰਾ ਮਾਰ ਲਿਓ ਕਰਦਾ।
ठीक हो गया जी। असी तुहानू अंदरूनी व्यू दिखाया और बड़ी सोहनी दरगाह शरीफ बनाई है जी पिंड दियां वासियां ने। ठीक है और है अपना चिराग बत्ती करते ने इत्थे। ठीक है और बजुर्गों का कहना सी एक मेला करवाई जाए पर वो रौनक नहीं रही जो पहले सन बाबा जी। वालेकुम सलाम। की हाल है? ठीक हो? अल्लाह दे नाम से शुक्र है। तुसी सुनाओ जी। अल्हम्दुलिल्लाह अल्लाह दा शुक्र। की नाम जी अपना? मेरा नाम जी मुश्ताक खान। मुश्ताक खान जी। वाला साहब दा नाम? फैज खान। दादा जी दा नाम? दादा जी दा बूटे खान। बूटे खान केड़ा पिंड जी जिथे तुसी बैठे हो इस वेले? एक कुकड़ पिंड है। कुकड़? कुकड़ पिंड है। ठीक है। तहसीलो जिला? तहसील दसका जिला सियालकोट डाकखाना गलोटियां। ठीक है। मतलब क्या मैं पाकिस्तान तो पहले भी तहसील डस्का ही सी? हां जी। है ना जी? जिला सियालकोट से? जी जी। यानी कि दा कुछ नहीं चेंज होया अपनी एड्रेस हो ही सारा? ठीक है। जद्दी पिंड अपना? हां जी। गोकल? हां जी। केड़ी बरादरी जी? असी पठान बरादरी दा घर इथे हुंदा सी। नहीं नहीं माजर है। नहीं 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 एक मिनट खलो यार। हां जी पठान? पठान बरादरी दा दो घर सन सिर्फ इथे जीवन सिंह। अच्छा मकान सी अनट्रेन सी महल मकान लगा। अच्छा ते ओ जड़ा मकान है ओ हुण साडे कोल है। अच्छा जी जी। अपना जीवन सिंह वाला मकान तुहाडे कोल है? साडे कोल है। ओ जट सन ओ? हां जी ओ मतलब सिंह जी दे नाल आंदे ने ओ सिख बरादरी ला लो या मतलब हिंदू बरादरी ला लो जिस तरह भी सरदार खवांदे आ। सरदार खवांदे सन? ठीक ठीक। किवें दा बंदा सी बाबा जी ओ? किवें दा पिंड दे विच वसेबा सी रहन सहन सी? बड़ा अच्छा वसेबा सी उहनां दा। हां जिन्ने भी इत्थे सिंह अखवाण आ रहे सन एडे कोई चंगे बंदे हन भी जिहदी कोई इंतहा कोई नहीं। ठीक है। हाँ जी ठीक। तुहाडी उम्र तो खैर उस वेले बड़ी छोटी सी। हाँ हौली उम्र सी इन्नी सूझ बूझ नहीं हा रखता पर मेरा बेहद भी मैं उन्होंने बहादर गोकल पिंड मशहूर ओ इस करके हीर बारे शाह पढ़ता हुंदा सी बहादर सिंह। अच्छा हां जी ठीक है। हीर बारे शाह पढ़ते ओ तो तकरीबन सारे पाकिस्तान तो पता लग सकता है बहादुर सिंह कुकड़ दा। यानी कि चार चुफेरे दे पिंड नहीं लाम दे पिंडां दे भी लोग जानदे जा सारे जानदे जी जिलियां जान जिलियां शनाख्त सी ओदी। अच्छा अच्छा। हां जी ठीक। ते बड़ा अमीर आदमी सी ओ। अच्छा जदों विसाखी लगदी सी असी निके निके हुंदे आ आई भी जांदे आ सानू भी उहने अठियानी दवानी चवानी देनी। हां बाहर जिहड़ा कब्रस्तान है उहदे नाल थड़ा बणिया हुंदा थड़े ते बह जाणा ਉਹਨੇ ਲਾਗੇ ਪੈਸੇ ਰੱਖ ਲੈਣੇ ਉਹਨੇ ਸਾਨੂੰ ਸਾਰਿਆਂ ਨੂੰ ਪੈਸੇ ਦੇਣੇ। ਅੱਛਾ ਤੇ ਜਾ ਕੇ ਤੁਸੀਂ ਜੀ ਵਿਸਾਖੀ ਵੇਖ ਕੇ ਆਓ। ਤੇ ਬੜਾ ਅੱਛਾ ਕੰਮ ਸੀ ਉਹਦਾ ਜਿਹੜਾ ਸੀ ਨਾ ਉਹਦਾ ਜਿਹੜਾ ਬਹਾਦਰ ਸਿੰਘ ਦੀ ਜਿਹੜੀ ਮਤਲਬ ਮਕਾਨ ਬਣਿਆ ਸੀ ਉਹਦੀਆਂ 120 ਚੰਗਾਠਾ ਸਨ। ਉਹ ਬੱਲੇ ਬੱਲੇ ਅੱਛਾ ਐਡਾ ਵੱਡਾ ਘਰ ਸੀ? ਐਡਾ ਵੱਡਾ ਘਰ ਸੀ ਉਹਦਾ। ਉਹ ਮੁੜ ਕੇ ਬਾਅਦ ਦੇ ਵਿੱਚ ਜਨਾਬ ਉੱਥੇ ਉਹਦੇ ਅੰਦਰ ਇੱਕ ਖੂਹ ਬਣਿਆ ਸੀ ਖੂਹ ਦੇ ਉੱਤੇ ਇੱਕ ਢੱਗਾ ਜੁਫਦਾ ਹੁੰਦਾ ਸੀ। अच्छा एक जानवर। हाँ उन्हें पानी कढ़ना सारे पिंड दी जनानियां ने आन के उत्थे नहाना धोना जो भी करना मतलब बड़ा एक मुड़ के बाद पिंड दे विचों आड़ कट के तो उन्हें खड़ी सी अपनी पैरियों जिथों पानी पैंदा हुंदा है। बाहर उन्हें गोरे वाला खूह बनाया ही उसका गोरे वाला खूह ही तबेला बनाया ही चार फिर तबेले दियाँ कोई 300-400 मझ मझी हुंदी
ਤੇ ਉਹਨੇ ਡੇਰੇ ਵਾਲ ਨੂੰ ਵੀ ਫਾਟਕ ਲਾਇਆ ਸੀ ਉੱਥੇ ਉਹਨੇ ਬਣਾਇਆ ਤੇ ਬੜਾ ਉੱਚਾ ਪੁਰਾਣਾ ਬਾਣਾ ਆ ਕੇ ਨਾ ਜਿੱਥੇ ਬੈਲ ਜੋਈਏ ਨੇ ਅੱਛਾ ਉੱਚਾ ਪੁਰਾਣਾ ਬਣਾ ਕੇ ਤੇ ਉਹ ਅਨੁਸਾਰ ਸੀ ਉਹਦੇ ਅੱਧੋ ਅੱਧ ਕੀਤਾ ਸੀ ਇੱਕ ਪਾਸੇ ਬੀਬੀਆਂ ਵਾਸਤੇ ਪਾਣੀ ਜਾਂਦਾ ਸੀ ਇੱਕ ਪਾਸੇ ਬੰਦਿਆਂ ਵਾਸਤੇ ਜਾਂਦਾ ਉਹ ਜਿਹੜਾ ਬੜਾ ਭਰਮਣ ਤਰੀਕੇ ਨਾਲ ਅੱਛਾ ਅਤੇ ਸਾਡੇ ਇੱਥੇ ਜਿਹੜੇ ਨੇ ਆਮ ਸਿੰਘਾਂ ਦੇ ਖੂਹ ਜਿਹੜੇ ਹਨ ਢਾਖਰ ਵਾਲਾ ਅੱਛਾ ਇਹ ਵਿੱਚੋਂ ਹੀ ਨਾਲਾ ਹੀ ਲੰਘਦਾ ਸਾਡੇ ਪਿੰਡ ਦੀ ਉਹ ਇੱਕ ਵਾਰਡ ਜਾਂ ਦੋ ਵਾਰਡ ਇਹ ਲਾ ਲਓ ਜਿਹੜੇ ਹੁਣ ਦੇ ਦੌਰ ਦੇ ਮੁਤਾਬਕ ਉੱਥੇ ਢਾਖਰ ਵਾਲਾ ਸੀ ਨਾਲ ਮਤਲਬ ਮਹੀਮੇ ਵਾਲਾ ਸੀ ਇੱਕ ਅੰਦਰਲਾ ਖੂਹ ਸੀ ਪਿੰਡ ਦੇ ਵਿੱਚ ਸੀ ਉਹਦੇ 'ਚ ਲੋਕ ਵੀ ਪਾਣੀ ਇਸਤੇਮਾਲ ਕਰਦੇ ਹਨ ਖੂਹ ਵਗਦਾ ਵੀ ਹੁੰਦਾ ਹੈ ਮੁੜ ਕੇ ਅੱਗੋਂ ਮਹੀਮੇ ਵਾਲਾ ਉਹ ਵੀ ਇਹਨਾਂ ਦਾ ਖੂਹ ਸੀ ਸਿੱਖਾਂ ਦਾ ਹਾਂਜੀ ਅੱਗੋਂ ਡੂੰਗਰ ਵਾਲਾ ਬਾਹਮਣਾ ਵਾਲਾ ਉਹ ਬਾਹਮਣਾ ਦਾ ਖੂਹ ਸੀ ਆ ਸਾਹਮਣੇ ਤੁਹਾਨੂੰ ਦੇਖਦਾ ਇੱਥੋਂ ਅੱਛਾ ਜੀ ਹਾਂਜੀ ਠੀਕ ਹੈ ਅਤੇ ਅੱਗੇ ਅਗਲੇ ਪਾਸੇ ਆ ਗਿਆ ਜੀ ਦੁਆਟਾ ਖੂਹ ਉਹ ਜਿਹੜਾ ਸਿੰਘ ਜਿਹਦਾ ਮੈਂ ਆਖਦਾ ਵੀ ਜਿਹੜੀ ਜ਼ਮੀਨ ਦੇ ਉੱਤੇ ਅਸੀਂ ਸਾਡੇ ਜੀਵਨ ਸਿੰਘ ਹਾਂ ਜੀਵਨ ਸਿੰਘ ਦਾ ਅੱਛਾ ਉਹਦਾ ਖੂਹ ਕਿਹੜਾ ਸੀ ਬਾਵੇ ਵਾਲਾ ਉਹ ਵੀ ਬਾਵਿਆਂ ਦਾ ਖੂਹ ਸੀ ਫਿਰ ਸ਼ਾਂਕਿਆਂ ਵਾਲਾ ਮੈਰੇ ਵਾਲਾ ਇਹ ਸਾਰੇ ਡੇਰੇ ਉਹਨਾਂ ਦੇ ਹਨ ਇੰਨਾ ਕੁ ਅੱਛਾ ਟਾਈਮ ਗੁਜ਼ਰਿਆ ਸੀ ਹੁਣ ਤਾਂ ਜੀ ਕਿਸੇ ਦੀ ਫਸਲ ਦੇ ਵਿੱਚ ਜਾ ਕੇ ਕੋਈ ਬੀਬੀ ਸਾਗ ਤੋੜਨ ਦੇ ਵਿੱਚ 900 ਗੱਲ ਕਰਦੀ ਹੈ ਜੀ 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 ਲੜਾਈ ਲੱਗ ਜਾਂਦੀ ਹਾਂਜੀ ਲੜਾਈ ਲੱਗ ਜਾਂਦੀ ਹੈ ਬੇਸਿਕ ਕਰਾਉਣ 'ਤੇ ਆ ਜਾਂਦੇ ਨੇ ਇਸ ਤਰ੍ਹਾਂ ਹੀ ਉਹਨਾਂ ਦਾ ਇਹ ਸੀ ਵੀ ਜੇ ਤਾਂ ਉਹ ਜਿਹੜੇ ਸਨ ਸਰਦਾਰ ਇੱਥੇ ਰਹਿੰਦੇ ਆ ਉਹਦੇ ਇੱਥੇ ਕੋਈ ਬੀਬੀ ਸਾਗ ਦੋ ਤਰ੍ਹਾਂ ਬੀਬੀਆਂ ਤੋੜਦੇ ਹਨ ਅਤੇ ਉਹ ਰਾਹ ਬਲਾਕ ਉੱਤੋਂ ਜੀ ਹੋ ਜਾਂਦੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਉੱਤੋਂ ਜੀ ਹੋ ਜਾਂਦੇ ਨੇ ਐਡਾ ਕੁ ਅੱਛਾ ਟਾਈਮ ਅੱਛਾ ਵਕਤ ਸਭ ਕੁਝ ਗੁਜ਼ਰਿਆ ਉਹਨਾਂ ਦੇ ਨਾਲ ਜੀ ਰਹਿ ਰੱਬ ਦਾ ਨਾਂ ਇੱਕ ਉਹ ਸਾਡੀ ਫਰਜ਼ ਕਰੋ ਜੀ ਮੇਰੀ ਉਹ ਫੁੱਫੀ ਦੇ ਉਮਰ ਦੀ ਹੋਣੀ ਹੈ ਜਿਹੜੀ ਮਾਈ ਦੀ ਵੀਡੀਓ ਵੇਖੀ ਹਾਂ ਬੀਬੀ ਦਾ ਤੁਸੀਂ ਪਿੱਛੇ ਜੀ ਤੁਸੀਂ ਦੱਸਿਆ ਰਿਕਾਰਡਿੰਗ ਉਹਨਾਂ ਦੀ ਵੀਡੀਓ ਵੇਖੀ ਹੈ ਉਹ ਮੇਰੀ ਤਕਰੀਬਨ ਉਮਰ ਦੇ ਲਿਹਾਜ਼ ਨਾਲ ਜਿਸ ਤਰ੍ਹਾਂ ਦੀ ਮਰਜ਼ੀ ਜਾਂ ਉਹਨਾਂ ਦੇ ਮੇਰੇ ਵੇਖਣ ਨਾਲ ਉਹ ਜਿਵੇਂ ਸਾਡੇ ਵਾਲਦ ਸਾਹਿਬ ਦੀ ਇੱਕ ਭੈਣ ਹੋਏ ਉਹਦੇ ਮੁਤਾਬਕ ਮਤਲਬ ਸਾਨੂੰ ਜੀ ਜੀ ਮੈਂ ਸਮਝ ਗਿਆ ਉਹਦੇ ਮੁਤਾਬਕ ਸਾਨੂੰ ਉਹਨਾਂ ਦੀ ਤੁਸੀਂ ਸਾਰੀ ਗੱਲਬਾਤ ਸੁਣੀ ਉਹ ਤੁਸੀਂ ਦੱਸਿਆ ਵੀ ਕਿ ਉਹਨਾਂ ਦੇ ਨਾਲ ਮੇਰੀ ਫੋਨ 'ਤੇ ਗੱਲਬਾਤ ਉਹਨਾਂ ਨੇ ਗੱਲਾਂ ਹੋਈਆਂ ਉਹ ਜਰਾ ਉਹਦੀ ਗੱਲਾਂ ਇਹ ਵੀ ਉਹਨੇ ਆਖਿਆ ਸੀ ਵੀ ਇੱਥੇ ਇੱਕ ਮਹਿਲ ਢੂੰਡਾ ਹੁੰਦਾ ਸੀ ਅੱਛਾ ਉਹਦੀ ਇੱਕ ਲੜਕੀ ਸੀ ਉਹ ਮੇਰੀ ਬੜੀ ਸਹੇਲੀ ਸੀ ਅੱਛਾ ਮੇਰੀ ਬੜੀ ਸਹੇਲੀ ਸੀ ਅੱਛਾ ਮੈਂ ਕਿਹਾ ਵੀ ਉਹ ਜਿਹੜੀ ਜੀਵਨ ਸਿੰਘ ਦੀ ਉਹ ਜਿਹੜੀ ਉਹ ਉਹਨੇ ਦੱਸਿਆ ਨਾ ਬਾਬੇ ਢੂੰਡੇ ਦੀ ਬਾਬੇ ਢੂੰਡੇ ਦੀ ਕੁੜੀ ਮੈਂ ਆਖਿਆ ਵੀ ਉਹਦਾ ਨਾਂ ਸਕੀਨਾ ਸੀ ਅੱਛਾ ਉਹ ਬਣੀਆਂ ਵਿਆਹੀ ਗਈ ਫਿਰ ਉਹਨੇ ਆਖਿਆ ਜਿਹੜਾ ਬਣੀਆਂ ਗੁਜਰਾਣਾ ਦੇ ਸ਼ਹਿਰ ਦੇ ਕੋਲ ਮੈਂ ਬਿਲਕੁਲ ਉੱਥੇ ਵਿਆਹੀ ਅੱਛਾ ਉਹਨੇ ਫਿਰ ਆਖਿਆ ਵੀ ਉਹ ਹੁਣ ਹੈ ਮੈਂ ਨਹੀਂ ਉਹ ਫੋਤ ਹੋ ਗਈ ਖੁਦਾ ਨੂੰ ਪਿਆਰੀ ਹੋ ਗਈ ਅਤੇ ਬਾਕੀ ਜਿਹੜਾ ਮੈਂ ਨਾਂ ਲੈਣ ਲੱਗਾ ਅੱਲਾਹ ਤਾਲਾ ਉਹਨਾਂ ਨੂੰ ਜਨਤ ਨਸੀਬ ਕਰੇ ਫੋਤ ਹੋ ਗਏ ਨੇ ਅੱਛਾ ਹਾਂਜੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਬੰਦੇ ਉਹਨਾਂ ਦੇ ਪੁਰਾਣੇ ਬਜ਼ੁਰਗ ਠੀਕ ਜਿਹੜੇ ਉਹਨਾਂ ਦੇ ਵਕਤ ਇੱਥੇ ਜੀ ਇੱਕ ਬਾਬਾ ਖੁਸ਼ੀ ਸ਼ੇਠ ਸੀ ਜਿਹਨਾਂ ਨੂੰ ਰਮਾਨੀ ਆਉਂਦੇ ਨੇ ਹੁਣ ਘੁਮਿਆਰ ਮੁੱਖ ਠੀਕ ਹੈ ਉਹ ਭਲਵਾਨੀ ਕਰਦਾ ਸੀ ਅੱਛਾ ਜੀ ਉਹ ਇਹ ਗੱਲੋਂ ਵੀ ਮਸ਼ਹੂਰ ਸੀ ਉਹ ਅਤੇ ਫਿਰ ਇੱਕ ਉਹਦਾ ਛੋਟਾ ਭਾਈ ਸ਼ੁਕਰਦੀਨ ਅੱਛਾ ਜੀ ਉਹ ਮੁੰਗਲੀ ਫੇਰਦਾ ਹੁੰਦਾ ਫੱਟੇ 'ਤੇ ਚੜ੍ਹ ਕੇ ਅੱਛਾ ਹਾਂਜੀ ਬੜਾ ਮੰਨਿਆ ਪਰਵਾਨਿਆ ਸੀ ਉਹ ਵੀ ਮੁੜ ਕੇ ਬਾਅਦ ਵਿੱਚ ਬਈ ਇੱਕ ਬਾਬਾ ਸ਼ੁਕਰਦੀਨ ਸੀ ਖੁਦਾ ਜਨਤ ਨਸੀਬ ਕਰੇ ਉਹ ਅਨਸਾਰੀਆਂ ਦਾ ਬਾਬਾ ਜੀ ਠੀਕ ਹੈ ਬਾਬਾ ਮਹਿੰਗਾ ਸੀ ਉਹ ਵੀ ਅਨਸਾਰੀਆਂ ਦਾ ਸੀ ਬਾਬਾ ਮੇਹ ਸੀ ਖੁਦਾ ਜਨਤ ਨਸੀਬ ਕਰੇ ਉਹ ਵੀ ਅਨਸਾਰੀਆਂ ਦਾ ਸੀ ਚਾਚਾ ਸ਼ੇਰ ਉਹ ਵੀ ਅਨਸਾਰੀਆਂ ਦਾ ਸੀ ਅਨਸਾਰੀਆਂ ਦੇ ਘਰ ਕਾਫੀ ਮਤਲਬ ਬਈ ਇਹ ਜਿਹੜਾ ਨਾ ਅੱਜ ਜਗ੍ਹਾ 'ਤੇ ਬੈਠੇ ਹਾਂ ਹਾਂਜੀ ਇਹ ਸ਼ਿਫਟੀ ਨਾਂ ਜਿਹੜੀ ਨਾ ਅਨਸਾਰੀਆਂ ਦੇ ਹੀ ਅਤੇ ਘੁਮਿਆਰਾਂ ਦੇ ਅੱਜ ਤਾਂ ਬੈਠੇ ਹਾਂ ਜੀ ਜੀ ਇਹ ਜੇ ਕੋਈ ਉੱਥੋਂ ਦੀ ਜਾਣਦਾ ਬੂਝਦਾ ਜੋ ਉਸ ਟਾਈਮ ਦਾ ਬੰਦਾ ਤਾਂ ਉਸੇ ਵੇਲੇ ਸਮਝ ਆ ਗਿਆ ਘੁਮਿਆਰਾਂ ਵਾਲੀ ਗਲੀ ਜਿਹਨੂੰ ਆਉਂਦੇ ਨੇ ਜਾਂ ਜਲਾਇਆਂ ਵਾਲੀ ਗਲੀ ਜਿਹਨੂੰ ਆਉਂਦੇ ਠੀਕ ਅਸੀਂ ਉਸ ਜਗ੍ਹਾ ਬੈਠੇ ਹਾਂ ਉਸ ਜਗ੍ਹਾ ਮਾੜਾ ਜਿਹਾ ਵੀ ਦੱਸ ਛੱਡੋ ਪਿੰਡ ਦੀ ਕਿਹੜੀ ਬਾਈ ਬਣਦੀ ਹੈ ਇਹ ਪਿੰਡ ਦੀ ਚੜ੍ਹਦੀ ਬਾਈ ਬਣਦੀ ਹੈ ਜਿੱਦਾਂ ਦਰਬਾਰ ਹੈ ਜੀ ਜੀ ਬਾਬੇ ਕਾਦਰ ਸ਼ਾਹ ਦਾ ਦਰਬਾਰ ਹੈ ਨਾ ਬਾਬੇ ਕਾਦਰ ਸ਼ਾਹ ਦਾ ਦਰਬਾਰ ਪੁਰਾਣਾ ਉਹਨਾਂ ਦੇ ਦੌਰ ਹਾਂਜੀ ਉਹਨਾਂ ਦੇ ਦੌਰ ਦਰਬਾਰ ਆਬਾਦੀ ਆਹ ਜਿਹੜੀ ਆਬਾਦੀ ਬਣੀ ਹੈ ਨਾ ਰੂਪ ਲੱਗੇ ਸਨ ਇਹ ਆਬਾਦੀ
ਬਾਅਦ ਚ ਬਣੀ ਹੈ। ਸਹੀ ਸਹੀ। ਤੇ ਆਹ ਜਿਹੜਾ ਨਾ ਦਰਬਾਰ ਤੇ ਮਸਜਿਦ ਇਹ ਉਹਨਾਂ ਦੇ ਟਾਈਮ ਦੀ ਜੀ। ਬਾਬੇ ਕਾਦਰ ਸ਼ਾਹ ਦਾ ਜ਼ਿਕਰ ਛੜਿਆ ਵੇ ਤੇ ਮਾੜਾ ਜਿਹਾ ਵੀ ਦੱਸ ਛੜੋ ਕਿ ਇਹਨਾਂ ਦਾ ਜੋ ਉਰਸ ਹੈ ਹਾਂਜੀ ਮੇਲਾ ਵੇ ਹਾਂਜੀ ਉਹ 3 ਹਾਰ ਦੀ 17 ਜੂਨ ਜੀ। ਅੱਛਾ ਯਾਨੀ ਇੰਗਲਿਸ਼ 17 ਜੂਨ ਦੇਸੀ ਮਹੀਨੇ ਦੀ 3 ਹਾਰ ਦੀ 3 ਹਾਰ ਦੀ 3 ਉਦੋਂ ਵੀ ਹੁੰਦਾ ਸੀ ਭੰਡਾਰਾ ਲੰਗਰ ਭੰਡਾਰਾ ਕੋ ਥੋੜੀ ਕਬੱਡੀ ਹੁਣ ਵੀ ਕਬੱਡੀ ਬੜੀ ਹੁੰਦੀ ਹੈ ਇਨਸ਼ਾਅੱਲਾ ਤਾਲਾ ਸੋ ਉਦੋਂ ਵੀ ਬੜੀ ਹੁੰਦੀ ਹੈ। ਅੱਛਾ ਜੀ ਉਹਨਾਂ ਦੇ ਵਕਤਾਂ 'ਚ ਵੀ ਬੜੀ ਹੁੰਦੀ ਕਹਿ ਲਓ ਕਿ ਇੱਕ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਪਿੰਡ ਗੋਕਲ ਦੀ ਮਜ਼ਾਰ ਸ਼ਰੀਫ ਉਹ ਇਹ ਜਿਹੜਾ ਇਹਨਾਂ ਸਾਡੇ ਹੁਣ ਨਾਲੋਂ ਉਦੋਂ ਸਗੋਂ ਬਹੁਤੀ ਹੁੰਦੀ ਕਿਉਂਕਿ ਉਹਦਾ ਜਿਹੜੇ ਸਰਦਾਰ ਸਨ ਨਾ ਅੱਛਾ ਉਹ ਜਵਾਨ ਦੀ ਕਦਰ ਕਰਦੇ ਸਨ। ਅੱਛਾ ਉਹ ਵੀ ਬਾਬੇ ਨੂੰ ਮੰਨਦੇ ਸਨ ਉਹ ਵੀ ਇੱਥੇ ਚੂਹੇ ਬਾਬੇ ਨੂੰ ਮੰਨਦੇ ਸਨ। ਨਹੀਂ ਯਾਰ ਜਦੋਂ ਵੀ ਕਿਤੇ ਉਹਨਾਂ ਦੇ ਹੋਲੀ ਆਉਂਦੀ ਸੀ ਜਾਂ ਜਦੋਂ ਲੋਹੜੀ ਆਉਂਦੀ ਸੀ ਇਕੱਠੇ ਸਾਰੇ ਯਾਰ ਅੱਗ ਸੇਕਦੇ ਸਾਡੀ ਜਦੋਂ ਈਦ ਆਉਂਦੀ ਸੀ ਉਹ ਵੀ ਸਾਡੇ ਘਰਾਂ ਤੋਂ ਜਾਂਦੇ ਸੀ ਉਹਨਾਂ ਤੋਂ ਕੋਈ ਯਾਰ ਕੋਈ ਮੇਰ ਸੇ ਰਾਜ ਗੱਲ ਆਹ ਮੇਰ ਤੌਰ ਦੀ ਗੱਲ ਤੇ ਹੁਣ ਸ਼ੁਰੂ ਹੋਈ ਹੈ ਐਸੇ ਕੋਈ ਜਿਵੇਂ ਦੋਵੇਂ ਮੁਲਕ ਵੰਡੇ ਗਏ ਨੇ ਪੂਰਾ ਪੂਰਾ ਪਿਆਰ ਸੀ ਪਿਆਰ ਸਲੂਕ ਸੀ ਹਨਾ ਪਿੰਡ ਦਾ ਠੀਕ ਹੈ ਠੀਕ ਹੈ। ਤੇ ਬਾਬਾ ਬੁੱਢਾ ਸੀ ਇੱਕ ਬਾਬਾ ਬੁੱਢਾ ਜੱਟ ਮੁਸਲਮਾਨ। ਅੱਛਾ ਜੀ ਵਾਹ। ਬਾਬਾ ਖੇੜਾ ਠੀਕ ਹੈ ਤੇ ਬਾਬਾ ਲੱਭਾ ਇਹ 3 ਭਰਾ ਸਨ। ਇਹਨਾਂ ਦੇ ਹੁਣ ਕੋਈ ਤਕਰੀਬਨ 50-60 ਘਰ ਬਣੇ ਨੇ। ਵਾਹ ਜੀ ਵਾਹ। ਇਹ ਜਿਹੜਾ ਬਾਬਾ ਮੇਹਰ ਮੈਂ ਦੱਸਿਆ ਅਨਸਾਰੀ ਬਾਬਾ ਸ਼ੁਕਰ ਦੀਨ ਜਾਂ ਬਾਬਾ ਰਹਿਮਾਨੀ ਜਿਹੜਾ ਦੱਸਿਆ ਜਿਹੜਾ ਭਲਵਾਨੀ ਕਰਦਾ ਸੀ ਜੀ ਜੀ ਇਹਨਾਂ ਦੇ ਵੀ ਮਾਸ਼ਾਅੱਲਾ ਹੁਣ ਜਿਹੜੇ ਘਰ ਨੇ ਨਾ ਉਹ ਵੀ 30-35 ਘਰ ਨੇ। ਹਾਂ ਚਲੋ ਉਹ ਇਹ ਜਿਹੜੇ ਬਜ਼ੁਰਗ ਨੇ ਨਾ ਇਹ ਬਜ਼ੁਰਗ ਉਹਨਾਂ ਦੇ ਵਕਤਾਂ ਦੇ ਨੇ ਉਹਨਾਂ ਕੋਲੋਂ ਵੇਖੋ ਜੀ ਗੱਲਾਂ ਸੁਣਨੀਆਂ ਸੁਣਾਉਣੀਆਂ ਜਾਂ ਪਹਿਲੋਂ ਅਸੀਂ ਔਰ ਸਿੱਖਾਂ ਵਿੱਚੋਂ ਵੱਡਾ ਨਾਂ ਬਹਾਦਰ ਦਾ ਹੀ ਸੀ। ਬਹਾਦਰ ਦੇ ਸਿਰ ਤੇ ਮਸ਼ਹੂਰ ਜੀ ਅਜੇ ਵੀ ਤੁਸੀਂ ਨਾਂ ਲਓ ਬਹਾਦਰ ਸਿੰਘ ਜਿੱਤੋਂ ਬਹਾਦਰ ਸੀ ਇੱਕ ਨਰਿੰਜਨ ਸ਼ਾਹ ਸੀ ਕਿਉਂਕਿ ਸ਼ਾਹ ਜਿਨ੍ਹਾਂ ਦੇ ਨਾਲ ਲੱਗਦਾ ਉਹ ਤੇ ਜਾਂ ਸ਼ਾਹੂਕਾਰਾ ਕਰਦੇ ਹੁੰਦੇ ਹਨ ਜਾਂ ਸ਼ਾਹੂਕਾਰਾ ਬੜਾ ਮੁਲਖਾਂ ਦੇ ਉੱਤੋਂ ਠੇਕਾ ਲਿਆਉਂਦਾ ਸੀ ਸ਼ਾਹੂਕਾਰਾ ਇਹ ਆਹੀ ਗੱਲ ਹੋਈ ਨਾ। ਅੱਛਾ ਜੀ ਠੀਕ ਹੁਣ ਬਾਕੀ ਰਹਿ ਗਿਆ ਜੀ ਮਕਾਨ ਹੋਏ ਤੇ ਬਾਈ ਬੂਏ ਇਹ ਮਕਾਨ ਨੂੰ। ਅੱਛਾ ਜੀ 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 ਬਾਬਾ ਜੀ ਹਾਂ ਜੀ ਬਾਕੀ ਰਹਿ ਗਿਆ ਮਸਲਾ ਇੱਥੋਂ ਦਾ ਜਿਹੜਾ ਜਿੱਦਣ ਉਹ ਗਏ ਨੇ ਇੱਥੋਂ ਹਾਂ ਇਨਸ਼ਾਅੱਲਾ ਤਾਲਾ ਉਦੋਂ ਅਸੀਂ ਇਹ ਵੇਖਿਆ ਤੇ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਠੀਕ ਹੈ ਨਹੀਂ ਕਿਸੇ ਨੇ ਕੀਤਾ ਸਾਰਿਆਂ ਨੂੰ ਗਲੇ ਲੱਗ ਕੇ ਰੋ ਕੇ ਗਏ ਨੇ ਰੋਂਦੇ ਨਿਕਲੇ ਨੇ ਪਿੰਡ 'ਚੋਂ ਠੀਕ ਹੈ ਅਤੇ ਇਹ ਵੀ ਬੰਦੇ ਜਿਹੜੇ ਨੇ ਇਹ ਵੀ ਵਿਚਾਰੇ ਨੂੰ ਸੁਣਾ ਪਰੇਸ਼ਾਨੀ ਚ ਰਹੇ ਨੇ ਵੀ ਇਹ ਕੀ ਬਣ ਗਿਆ ਸਾਡੇ ਦਾ ਵੇਖੋ ਜੀ ਪ੍ਰੀਤ ਸੀ ਇਹਨਾਂ ਨਾਲ ਪ੍ਰੀਤ ਸੀ ਇੱਕ ਮੁਹੱਬਤ ਸੀ ਇਹ ਇਹਦੇ ਮੁਤਾਬਕ ਤੇ ਇਹ ਗੱਲ ਹੈ ਵੀ ਸਾਡੇ ਇੱਥੇ ਜਿਹੜਾ ਨਾ ਉਹਨਾਂ ਦੇ ਬੱਚਿਆਂ ਦਾ ਸਾਡੇ ਨਾਲ ਤਾਂ ਬੜਾ ਉਦੋਂ ਸੋਚ ਸੀ ਲੇਰਿਆਂ ਦਾ ਹੈ ਹੀ ਤਾਂ ਸਾਡਾ ਆਇਆ ਸੀ ਵੇਖੋ ਨਾ ਤੁਸੀਂ ਗੱਲ ਕਰ ਰਹੇ ਹੋ ਤੇ ਮਤਲਬ ਕਿ ਉਹ ਹੀ ਪਿਆਰ ਹੈ ਸੀ ਤੇ ਗੱਲਾਂ ਹੋ ਰਹੀਆਂ ਫਿਰ ਇਹ ਵੀ ਕੋਈ ਐਸੀ ਗੱਲ ਕਿਸੇ ਨੇ ਕੋਈ ਚੜ੍ਹ ਕੇ ਕਦੀ ਕੀਤੀ ਨਹੀਂ ਸੀ ਤੇ ਕੋਈ ਵੀ ਇਹ ਕਿਸੇ ਦਾ ਬੱਚਾ ਮਾੜੇ ਦਾ ਬੱਚਾ ਕੁਛ ਵੀ ਕਿਸੇ ਨੂੰ ਪੱਠੇ ਲੱਭੇ ਛਾਵਾਂ ਦੇ ਪੱਠੇ ਜਿਹੜਾ ਮਰਜ਼ੀ ਜਾ ਵੜਦਾ ਨਹੀਂ ਛਾਵਾਂ ਨੇ ਕਦੀ ਉਦੋਂ ਧੱਕੇ ਨਹੀਂ ਸਨ ਸਾਡੇ ਕੌਣ ਪੱਠੇ ਲੈ ਗਿਆ ਕੌਣ ਨਹੀਂ ਲੈ ਗਿਆ ਠੀਕ ਠੀਕ ਬਿਲਕੁਲ ਸਹੀ ਮਾਲ ਬੜਾ ਵੱਡਾ ਜਿਹੜੀ ਪਿੰਡੋਂ ਲੈਂਦੇ ਪਾਸੇ ਉਹਨਾਂ ਦੀ ਹਵੇਲੀ ਸੀ ਬਹਾਦਰ ਸ਼ਾਹ ਦੀ ਉਹ ਜਿਹੜਾ ਬੜਾ ਵੱਡਾ ਖੂਹ ਸੀ ਬੜਾ ਉਹਦਾ ਇੰਤਜ਼ਾਮ ਹੀ ਬੜਾ ਸੀ ਉਹੀ ਖੂਹ ਜਿਹਦਾ ਸਾਰਾ ਪਿੰਡ ਨੂੰ ਪਾਣੀ ਸਪਲਾਈ ਕਰਦਾ ਸੀ ਫਿਰ ਉਸ ਤੋਂ ਬਾਅਦ ਉਹ ਆੜ ਬੜਾ ਕੁਛ ਕਰਦਾ ਸੀ ਜੀ ਉਹ ਬੜਾ ਬੜਾ ਉਹਨੇ ਬੜਾ ਕੁਛ ਕੀਤਾ ਸੀ ਮਤਲਬ ਪਾਣੀ ਵੱਲ ਸੀ ਫਿਰ ਉਸ ਖੂਹ ਦਾ ਹਨਾ ਠੀਕ ਠੀਕ ਅਤੇ ਇੱਥੋਂ ਤੱਕ ਸਾਡੀਆਂ ਬੀਬੀਆਂ ਦੀ ਜਾਂ ਆਪਣੀਆਂ ਬੀਬੀਆਂ ਦੀ ਹਜ਼ਾਰ ਕਰਦੇ ਹਨ ਉਹ ਕੋਠੀ ਦੇ ਵਿੱਚ ਥੱਲੇ ਖੂਹ ਜੁੱਪਦਾ ਸੀ ਧੀਆਂ ਭੈਣਾਂ ਵੇਖੋ ਜੀ ਉਦੋਂ ਨਹੀਂ ਨਹਾਇਆ ਕਰ ਟੂਬਵੈਲ ਨਲਕੇ ਵਗੈਰਾ ਨਹੀਂ ਸਨ ਵੀ ਇੱਥੇ ਸਾਰੀਆਂ ਪਿੰਡ ਦੀਆਂ ਬੀਬੀਆਂ ਆਣ ਕੇ ਨਹਾਉਣ ਧੋਣ ਨਾਲੇ ਕੱਪੜੇ ਧੋਣ ਪੜਦੇ ਜਾਂਦੇ। ਤੁਹਾਡਾ ਬਾਬਾ ਬੋਤਾ ਕਿਹਨੂੰ ਯਾਦ ਕਰਦਾ ਸੀ ਕਿਹੜੇ ਸਿੱਖਾਂ ਨਾਲ ਜ਼ਿਆਦਾ ਪ੍ਰੀਤ ਸੀ ਉਹਦੇ? ਉਹ ਉਹਦੀ ਪ੍ਰੀਤ ਤੇ ਬਹਾਦਰ ਸਿੰਘ ਨਾਲ ਬਹੁਤੀ ਸੀ। ਠੀਕ ਠੀਕ ਤੁਸੀਂ ਕਿਹਾ ਕਿ ਉਹ ਹੀਰ ਪੜਦਾ ਸੀ? ਹਾਂ ਹੀਰ ਪੜ ਹੀਰ ਤੋਂ ਮਸ਼ਹੂਰ ਹੈ ਜੀ ਹਾਲੇ ਵੀ ਸਾਰੇ ਪਾਕਿਸਤਾਨ 'ਚ ਮਸ਼ਹੂਰ ਹੈ। ਕੀ ਕਿਆ ਆ ਮਤਲਬ ਕੋਈ ਪਿੰਡ 'ਚ ਮੇਲਾ ਲੱਗਦਾ ਸੀ ਬਾਬੇ
ਕਾਦਰ ਸ਼ਾਹ ਜੀ ਦਾ ਤਾਂ ਉਹ ਉੱਥੇ ਪੜਦਾ ਸੀ ਜਾਂ ਕੋਈ ਵੈਸੇ ਜਦੋਂ ਮੋਚ ਆਣਾ ਰਾਤ ਨੂੰ ਰਾਤ ਨੂੰ ਆਪਣੇ ਮਕਾਨ ਦੇ ਵਿੱਚ ਜਦੋਂ ਮੋਚਾ ਆਣਾ ਪੜਨਾ ਬੜੇ ਬੜੇ ਸ਼ਾਹੂਕਾਰ ਬੜੇ ਬੜੇ ਜਿਹੜੇ ਵੱਡੇ ਉਦੋਂ ਪੜ੍ਹੇ ਲਿਖੇ ਹਨ ਨਾ ਇਨਸਾਨ ਉਹਨਾਂ ਸੱਚ ਕੇ ਹੀ ਵਾਰੇ ਸ਼ਾਹ ਸੁਣਦੇ ਹਨ ਪੈਸਾ ਪੁਆ ਤੈਨੂੰ ਕਿਸੇ ਨੇ ਲੈਣਾ ਨਹੀਂ ਹੁੰਦਾ ਸ਼ੌਕ ਦਾ ਮੁੱਲ ਸੀ ਉਹਦਾ ਆਪਣੇ ਸ਼ੌਕ ਦੇ ਮੁਤਾਬਕ ਗੱਲ ਕਰਦਾ ਸ਼ੌਕ ਨਾਲ ਪੜ੍ਹਦੇ ਸੀ ਠੀਕ ਠੀਕ ਦਰਗਾਹ ਸ਼ਰੀਫ ਤੋਂ ਇਲਾਵਾ ਹਾਂਜੀ ਪਿੰਡ ਗੋਕਲ ਦੇ ਵਿੱਚ ਕੋਈ ਪੁਰਾਣਾ ਰੁੱਖ ਬੋਰਡ ਕਿਉਂਕਿ ਆ ਜਾ ਕੇ ਆਈ ਚੀਜ਼ ਬੋਰਡ ਉਹਨਾਂ ਦੇ ਵਕਤਾਂ ਦੇ ਨੇ ਇਹ ਪੁਰਾਣਾ ਚਲੋ ਵੀ ਅਸੀਂ ਰਿਕਾਰਡ ਕਰਦੇ ਹੋਰ ਇਸ ਤੋਂ ਇਲਾਵਾ ਕੋਈ ਪੁਰਾਣੀ ਬਿਲਡਿੰਗ ਕੋਈ ਘਰ ਕੋਈ ਖੋਲਾ ਜਿੱਦਾਂ ਮੰਦਰ ਹੈ ਉਹ ਉਹਨਾਂ ਦੇ ਵਕਤਾਂ ਦਾ ਅੱਛਾ ਬਾਬਾ ਜੀ ਮੰਦਰ ਵੀ ਆਇਆ ਪਿੰਡ 'ਚ ਹਾਂਜੀ ਮੰਦਰ ਤੁਹਾਡੇ ਨਾਲ ਬੱਚਾ ਘੱਲਾਂਗਾ ਤੁਹਾਨੂੰ ਉਹ ਖਾਏਗਾ ਮੰਦਰ ਇਹਦਾ ਮਤਲਬ ਫਿਰ ਖਤਰੀ ਵੀ ਹੈ ਸਨ ਪਿੰਡ 'ਚ ਹਾਂਜੀ ਖਤਰੀ ਖਤਰੀ ਹੈ ਅਤੇ ਅਜੇ ਵੀ ਜਿਹੜਾ ਨਾ ਉਹਨਾਂ ਉਹ ਗੁਰਦੁਆਰਾ ਤਾਂ ਮੰਦਰ ਜਿਹਨੂੰ ਉਹ ਗੁਰਦੁਆਰਾ ਜਿਹੜਾ ਨਾ ਮੰਦਰ ਖਲੋਤਾ ਹੈ ਅਤੇ ਗੁਰਦੁਆਰਾ ਜਿਹੜਾ ਉਹਦੇ ਵਿੱਚ ਉਹ ਗੌਰਮੈਂਟ ਨੇ ਕਿਰਾਏ 'ਤੇ ਉਹ ਰਹਿੰਦੇ ਨੇ ਉਹ ਨਹੀਂ ਉਹਦੀ ਹਿਫਾਜ਼ਤ ਕਰਦੇ ਨੇ ਅਤੇ ਉੱਥੇ ਰਹਿੰਦੇ ਨੇ ਦੋ ਘਰ ਅੱਛਾ ਅੱਛਾ